एक बार फिर तो थोड़ा स्वागत करते हैं प्रोग्राम दे इस रिलीजियस सैगमेंट दे विच। हैरीटेज गुरु घर का 104 साल दिवस मनाया जा रहा है खालसा दीवान सोसायटी वालों 28, 29 ते 30 अगस्त को। आओ इस बारे होर जानकारी लैने ते इसी विषय के उपर गलबात करते हैं अपने आए हुए मेहमान भाई शिवतेक सिंह जी के नाल। वाहगुरु जी का खालसा, वाहगुरु जी की फतेह। भाई साहब जी, जिहड़ा हैरीटेज गुरु घर का दिवस मनाया जा रहा है 104 साल, ये बारे सानू थोड़ी जी जानकारी दिओ ते दसो कि इहदी किन्नी महत्ता हैगी है। देखो जी, बहुत माण वाली गल है साडे सिख कौम वास्ते कि विदेशों दे विच आ के ये गुरद्वारा साहब जिहड़ा साडे बजुर्गां ने बनाया उहदे 104 साल जिहड़े ने उह पूरे होण जा रहे ने जी। तां इह इक बड़ी वड्डी गल सी कि साडे वास्ते कि साडे बजुर्गां दा जिहड़ा इन्ना पुरातन स्थान है जिथे रह के उन्होंने इस दी उसारी कीती, इस नूं बनाया, तां असीं उन्हां दीआं जिहड़ियां जादां ने उन्हां दी जिहड़ी कुरबानी है उस नूं असीं फिर तो ताज़ा करना चाहुंदे हां। और विशेष तौर दे उत्ते जिहड़ी साडी नौजवान पीढ़ी आ उन्हां नूं दसणा चाहुंदे हां कि इह गुरद्वारा जिहड़ा 104 साल जिहनूं होए आ इह गुरद्वारा साहिब दी की महत्ता है, ਕਿਵੇਂ ਇਸ ਨੂੰ ਤਿਆਰ ਕੀਤਾ ਗਿਆ, ਕਿਵੇਂ ਇਹਦੇ ਵਾਸਤੇ ਸੰਘਰਸ਼ ਕਰਨਾ ਪਿਆ, ਔਰ ਉਸ ਵਕਤ ਸਾਡੇ ਬਜ਼ੁਰਗਾਂ ਨੇ ਕਿੱਡਾ ਵੱਡਾ ਤਿਆਗ ਤੇ ਕੁਰਬਾਨੀ ਕਰਕੇ ਇਸ ਨੂੰ ਉਸਾਰਿਆ ਗਿਆ। ਠੀਕ ਹੈ, ਚਾਹੇ ਉਹ ਕਿਸ ਵੀ ਤਰ੍ਹਾਂ ਦੇ ਹਾਲਾਤ ਦੇ ਵਿੱਚ ਰਹੇ ਪਰ ਉਹਨਾਂ ਦੇ ਅੰਦਰ ਦੇ ਵਿੱਚ ਇੱਕ ਜਿਹੜੀ ਸਿੱਖੀ ਪ੍ਰਤੀ ਸੋਚ ਸੀ ਕਿ ਅਸੀਂ ਆਪਣੇ ਦੇਸ਼ ਤੋਂ ਚੱਲ ਕੇ ਵਿਦੇਸ਼ ਵਿੱਚ ਆਏ ਹਾਂ ਜੀ, ਪਰ ਅਸੀਂ ਇਸ ਧਰਤੀ 'ਤੇ ਆ ਕੇ ਆਪਣੇ ਘਰ ਨਾਲੋਂ ਪਹਿਲਾਂ ਅਸੀਂ ਆਪਣੇ ਗੁਰੂ ਦਾ ਘਰ ਬਣਾਉਣਾ ਜੀ। ਬਿਲਕੁਲ, ਔਰ ਇੱਕ ਬੜੀ ਵੱਡੀ ਸੋਚ ਸੀ ਕਿ ਸੀਮਤ ਸਾਧਨਾਂ ਦੇ ਵਿੱਚ ਉਸ ਵਕਤ ਗੁਰੂ ਘਰ ਬਣਾਉਣਾ, ਇੱਥੇ ਨਿਸ਼ਾਨ ਸਾਹਿਬ ਉਸ ਵਕਤ ਇਸ 'ਤੇ ਲਾਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ, ਇੱਕ ਬਹੁਤ ਵੱਡੀ ਗੱਲ ਸੀ, ਕਿਉਂਕਿ 104 ਸਾਲ ਕਾਫੀ ਲੰਮਾ ਸਮਾਂ ਹੈਗਾ ਅਤੇ ਉਸ ਟਾਈਮ ਜਦੋਂ ਤੁਸੀਂ ਕਿਹਾ ਕਾਫੀ ਦਿੱਕਤਾਂ ਵੀ ਜ਼ਰੂਰ ਪੇਸ਼ ਆਈਆਂ ਹੋਣਗੀਆਂ ਇਸ ਗੁਰੂ ਘਰ ਨੂੰ ਬਣਾਉਣ ਵਾਸਤੇ। ਥੋੜ੍ਹੇ ਜਿਹੇ ਸਾਡੇ ਦਰਸ਼ਕਾਂ ਨੂੰ ਉਸ ਬਾਰੇ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ, ਕੀ ਸਿਚੁਏਸ਼ਨ ਸੀ ਉਸ ਟਾਈਮ 'ਤੇ, ਕੀ ਦਿੱਕਤਾਂ ਆਈਆਂ ਹੋਣਗੀਆਂ ਸਾਡੇ ਬਜ਼ੁਰਗਾਂ ਨੂੰ ਇਹ ਗੁਰੂ ਘਰ ਬਣਾਉਣ ਵਾਸਤੇ। ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸੀ ਉਸ ਵਕਤ ਉਹ ਇਹ ਸੀ ਕਿ ਲੈਂਗੁਏਜ ਦੀ ਬਹੁਤ ਪ੍ਰੋਬਲਮ ਸੀ, ਜਿਹੜੇ ਸਾਡੇ ਬਜ਼ੁਰਗ ਆਏ ਸੀ ਸ਼ੁਰੂਆਤ ਦੇ ਵਿੱਚ, ਜਿਹੜੇ 1904-5 ਦੇ ਵਿੱਚ ਜਿਹੜੇ ਆਏ ਜੀ, ਤਾਂ ਦੂਜੀ ਗੱਲ ਸੀ ਕਿ ਉਹ ਇਸ ਮਾਹੌਲ ਦੇ ਵਿੱਚ ਜਦੋਂ ਆਏ ਤਾਂ ਉਸ ਵਕਤ ਜਿਹਨੂੰ ਆਪਾਂ ਕਹਿੰਦੇ ਨਸਲਵਾਦ ਉਹ ਬਹੁਤ ਸੀ। ਠੀਕ ਹੈ, ਇਹ ਲੋਕਾਂ ਦੇ ਵਿੱਚ ਜਿਹੜੀ ਨਸਲਵਾਦ ਦੀ ਬਿਮਾਰੀ ਸੀ ਉਹ ਲੋਕਾਂ ਨੂੰ ਬਹੁਤ ਘਿਰਣਾ ਕਰਦੇ ਸੀ, ਬੜਾ ਬੁਰਾ ਭਲਾ ਬੋਲਦੇ ਸੀ ਅਤੇ ਉਹਨਾਂ ਦੇ ਪ੍ਰਤੀ ਇਹਨਾਂ ਲੋਕਾਂ ਦੇ ਅੰਦਰ ਵਿੱਚ ਨਫ਼ਰਤ ਵੀ ਬਹੁਤ ਜ਼ਿਆਦਾ ਸੀ। ਇੱਕ ਤਾਂ ਇਸ ਧਰਤੀ ਦੇ ਉੱਤੇ ਆ ਕੇ ਉਹਨਾਂ ਨੂੰ ਮੁਸ਼ਕਲ ਆਈ ਸਭ ਤੋਂ ਵੱਡੀ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਕਮਿਊਨੀਕੇਸ਼ਨ ਕਿਵੇਂ ਕਰੀਏ, ਸਾਡਾ ਤਾਲਮੇਲ ਇਹਨਾਂ ਲੋਕਾਂ ਦੇ ਨਾਲ ਕਿਵੇਂ ਬਣੇ, ਕਿਵੇਂ ਬਣੇਗਾ। ਦੂਜੀ ਗੱਲ ਇਹ ਸੀ ਕਿ ਇਹਨਾਂ ਲੋਕਾਂ ਦੇ ਅੰਦਰ ਜਿਹੜੀ ਨਫ਼ਰਤ ਬਣੀ ਹੈ ਸਾਡੇ ਪ੍ਰਤੀ ਉਸ ਨੂੰ ਅਸੀਂ ਦੂਰ ਕਿਵੇਂ ਕਰਨਾ ਜੀ। ਤਾਂ ਬਹੁਤ ਵੱਡੀ ਗੱਲ ਸੀ ਉਹਨਾਂ ਬਜ਼ੁਰਗਾਂ ਦੀ ਕਿ ਉਦੋਂ ਥੋੜ੍ਹੇ ਥੋੜ੍ਹੇ ਪੈਸੇ ਕਮਾਉਣੇ ਜੀ, ਬਿਲਕੁਲ, ਮਿੱਲਾਂ ਦੇ ਵਿੱਚ ਕੰਮ ਕਰਨਾ, ਔਰ ਉਹ ਕੰਮ ਇੰਨਾ ਵੱਡਾ ਅਤੇ ਔਖਾ ਹੁੰਦਾ ਸੀ ਕਿ ਫੱਟੇ ਖਿੱਚਣੇ ਫੱਟੇ ਲਿਆਉਣੇ ਉਸ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਸੀ, ਉਹ ਸਰੀਰਕ ਤੌਰ 'ਤੇ ਬੜੇ ਤਕੜੇ ਸੀ। ਔਰ ਸਾਰੀਆਂ ਜਿਹੜੀਆਂ ਮੁਸ਼ਕਲਾਂ, ਚਾਹੇ ਉਹ ਭਾਸ਼ਾ ਦੀ ਮੁਸ਼ਕਲ ਆਈ, ਚਾਹੇ ਲੋਕਾਂ ਦੀ ਨਫ਼ਰਤ ਦੀ ਆਈ, ਚਾਹੇ ਉਹਨਾਂ ਦੇ ਰਹਿਣ ਸਹਿਣ ਦੀ ਕਿ ਅਸੀਂ ਰਹਿਣਾ ਕਿੱਥੇ ਹੈ, ਖਾਣਾ ਕਿੱਥੇ ਹੈ, ਪੀਣਾ ਕਿੱਥੇ ਹੈ, ਹੀਟ ਦਾ ਪ੍ਰਬੰਧ ਜਿਵੇਂ ਸਾਨੂੰ ਹੁਣ ਮਿਲਿਆ ਇੱਦਾਂ ਤਾਂ ਨਹੀਂ ਸੀ, ਬਿਲਕੁਲ, ਵੀ ਉਸ ਵਕਤ ਜਿਹੜੀ ਇੰਨੀ ਠੰਡ ਹੈ ਉਹਦੇ ਵਿੱਚ ਆਪਣੇ ਆਪ ਨੂੰ ਜੀਵਤ ਕਿਵੇਂ ਰੱਖਣਾ। ਬਿਲਕੁਲ, ਕਈ ਵਾਰਾਂ ਬਜ਼ੁਰਗਾਂ ਦੇ ਕੋਲੋਂ ਕਹਾਣੀਆਂ ਸੁਣੀਆਂ ਕਿ ਜਦੋਂ ਬਰਫ਼ ਦੇ ਵਿੱਚ ਰਹਿ ਕੇ ਕੰਮ ਕਰਨਾ, ਸੱਟ ਲੱਗ ਜਾਣੀ, ਦਵਾਈ ਦਾ ਮੈਡੀਸਨ ਦਾ ਪ੍ਰਬੰਧ ਨਾ ਹੋਣਾ, ਕਈਆਂ ਦੇ ਪੈਰ ਗਲ ਜਾਣੇ, ਕਈਆਂ ਦੇ ਗੋਡੇ ਖੜ ਜਾਣੇ, ਕਈਆਂ ਦੇ ਅੰਦਰ ਪਏ ਵਿਚਾਰਿਆਂ ਬਜ਼ੁਰਗਾਂ ਨੂੰ ਕੋਈ ਥੱਲਣ ਵਾਲਾ ਨਹੀਂ ਸੀ, ਕੋਈ ਉਹਨਾਂ ਨੂੰ ਉਠਾਉਣ ਵਾਲਾ ਨਹੀਂ ਸੀ, ਯਾਨੀ ਬਹੁਤ ਜ਼ਿਆਦੀ ਕਠਿਨਾਈ ਜਿਹਨੂੰ ਆਪਾਂ ਕਹਿੰਦੇ ਹਾਂ ਰੌਂਗਟੇ ਖੜੇ ਕਰਨ ਵਾਲੀ ਕਠਿਨਾਈ ਦੇ ਵਿੱਚ ਉਹ ਬਜ਼ੁਰਗ ਜਿਹੜੇ ਉਸ ਸਮੇਂ ਆਏ, ਤਾਂ ਜਦੋਂ ਉਹ ਉਸ ਸਮੇਂ ਆਏ ਤਾਂ ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹ ਭਾਵਨਾ ਪੈਦਾ ਹੋਈ ਕਿ ਅਸੀਂ ਸਾਰੇ ਐਸਾ ਘਰ ਬਣਾਈਏ ਜਿੱਥੇ ਅਸੀਂ ਸਾਰੇ ਇਕੱਠੇ ਹੋ ਸਕਾਂਗੇ। ਹੁਣ ਜੇ ਆਪਾਂ ਆਪਣਾ ਘਰ ਬਣਾਉਂਦੇ ਹਾਂ ਤਾਂ ਇਹ ਨਹੀਂ ਹੁੰਦਾ ਕਿ ਜਿਹੜੇ ਸਾਰੇ ਸਿੱਖ ਸਾਡੇ ਘਰ ਵਿੱਚ ਇਕੱਠੇ ਹੋਣਗੇ, ਇੱਕ ਇਹ ਦਾਤ ਸਿੱਖ ਜਿਵੇਂ ਦੇ ਬਹੁਤ ਵੱਡੀ ਹੈ ਕਿ ਜਦੋਂ ਆਪਾਂ ਗੁਰੂ ਘਰ ਬਣਾਉਂਦੇ ਹਾਂ ਤੇ ਉੱਥੇ ਹਰ ਇੱਕ ਵਿਅਕਤੀ ਜਿਹੜਾ ਹੈ ਉਸਨੂੰ ਆਪਣਾ ਘਰ ਸਮਝ ਕੇ ਉੱਥੇ ਆ ਕੇ ਇਕੱਠਾ ਹੁੰਦਾ, ਬਿਲਕੁਲ, ਉੱਥੇ ਇਕੱਠੇ ਹੋਵਾਂਗੇ, ਇੱਕ ਦੂਜੇ ਦੇ ਨਾਲ ਵਿਚਾਰ ਹੋਏਗੀ, ਇੱਕ ਦੂਜੇ ਦੀਆਂ ਮੁਸ਼ਕਲਾਂ ਨੂੰ ਸੁਣਾਂਗੇ, ਭਾਈਚਾਰਕ ਸਾਂਝ ਵਧੇਗੀ, ਇੱਕ ਦੂਜੇ ਦੀ ਹੈਲਪ ਕਰਾਂਗੇ, ਇੱਕ ਦੂਜੇ ਦੀ ਜ਼ਰੂਰਤ ਨੂੰ ਪੂਰੀਆਂ ਕਰਾਂਗੇ।
ਸੋ ਇੱਕ ਸਾਂਝਾ ਘਰ ਬਣਾਉਣ ਦਾ ਜਿਹੜਾ ਉਹਨਾਂ ਨੇ ਆਪਣੇ ਮਨ ਵਿੱਚ ਉਦੇਸ਼ ਉਸ ਵਕਤ ਰੱਖਿਆ ਬਹੁਤ ਵੱਡਾ ਸੀ, ਬਹੁਤ ਜ਼ਿਆਦਾ। ਤੇ ਉਹਦੇ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਉਸ ਵਕਤ ਉਹਨਾਂ ਦੇ ਕੋਲ ਸਾਧਨ ਨਹੀਂ ਸੀ, ਪੈਸਾ ਇੰਨਾ ਕਿੱਥੋਂ ਆਏਗਾ। ਪੈਸਾ ਕਮਾ ਕੇ ਤਾਂ ਆਪਣਾ ਭੋਜਨ ਆਪਣਾ ਜੀਵਨ ਚਲਾਉਣਾ ਬੜਾ ਵੱਡੀ ਗੱਲ ਸੀ, ਫਿਰ ਆਪਣੇ ਪੈਸਿਆਂ ਵਿੱਚੋਂ ਕਮਾ ਕੇ ਜਿਹੜੇ ਘਰ ਪਰਿਵਾਰ ਆਪਣੇ ਇੰਡੀਆ ਛੱਡ ਕੇ ਆਏ ਸੀ ਉਹਨਾਂ ਦੇ ਬੱਚਿਆਂ ਨੂੰ ਵੀ ਫਿਕਰ ਸੀ ਕਿ ਹਾਂ ਬੱਚਿਆਂ ਦੇ ਨਾਲ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਪਾਲਣਾ। ਫਿਰ ਇਹ ਸੀ ਕਿ ਇੱਥੇ ਉਹਨਾਂ ਕੋਲ ਕੋਈ ਨਹੀਂ ਸੀ, ਨਾ ਕੋਈ ਐਸਾ ਸਾਧਨ ਸੀ ਕਿ ਅਸੀਂ ਫੋਨ ਕਰ ਸਕੀਏ ਜਾਂ ਕਿਤੇ ਕੋਈ ਚਿੱਠੀ ਪਾ ਸਕੀਏ, ਬਹੁਤ ਮੁਸ਼ਕਲ ਸੀ। ਬਿਲਕੁਲ ਪਰਿਵਾਰ ਦੇ ਨਾਲੋਂ ਟੁੱਟ ਕੇ ਉਹ ਇੱਥੇ ਆਏ ਤਾਂ ਉਹਨਾਂ ਨੇ ਉਸ ਵਕਤ ਗੁਰਦੁਆਰਾ ਬਣਾਉਣ ਦੀ ਜਿਹੜੀ ਸੋਚ ਮਨ ਵਿੱਚ ਰੱਖੀ ਬਹੁਤ ਵੱਡੀ ਸੀ, ਬਹੁਤ ਜ਼ਿਆਦਾ। ਤਾਂ ਉਹ ਸੋਚ ਜਿਹੜੀ ਸੀ ਉਸਨੂੰ ਸੋਚ ਨਹੀਂ ਰੱਖਿਆ ਉਹਨਾਂ ਨੇ, ਉਸਨੂੰ ਉਹਨਾਂ ਨੇ ਪ੍ਰੈਕਟੀਕਲ ਲਾਈਫ ਦੇ ਵਿੱਚ ਲਿਆ ਕੇ ਤੇ ਇੱਕ ਅੱਜ ਤੋਂ 104 ਸਾਲ ਪਹਿਲਾਂ ਜੀ ਉਸ ਵਕਤ ਦਾ ਮਾਹੌਲ, ਉਸ ਵਕਤ ਦਾ ਵੈਦਰ, ਉਸ ਵਕਤ ਦਾ ਜਿਹੜਾ ਸਾਰਾ ਵਾਤਾਵਰਣ ਸੀ ਬਹੁਤ ਜ਼ਿਆਦਾ ਅੰਤਰ ਸੀ। ਤਾਂ ਉਸ ਵਕਤ ਉਹਨਾਂ ਬਜ਼ੁਰਗਾਂ ਦੀ ਇਹ ਕੁਰਬਾਨੀ ਜਿਹੜੀ ਲਾਸਾਨੀ ਹੈ, ਅਦੁੱਤੀ ਹੈ। ਅਸੀਂ ਕੋਟਾਨ ਕੋਟ ਪ੍ਰਣਾਮ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ, ਔਰ ਦੱਸਣਾ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ, ਜਿਹੜੇ ਬੱਚੇ ਸਾਡੇ ਨੌਜਵਾਨ ਨੇ, ਕਿ ਜਿਹੜੇ ਸਾਡੇ ਵੱਡੇ ਵਡੇਰੇ ਸੀ, ਜਿਹੜੇ ਸਾਡੇ ਦਾਦੇ ਪੜਦਾਦੇ ਸੀ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਸਿੱਖੀ ਜਜ਼ਬਾਤ ਮਨ ਵਿੱਚ ਰੱਖ ਕੇ ਇਸ ਮਹਾਨ ਸਥਾਨ ਦੀ ਜਿਹੜੀ ਉਸ, ਕਿਉਂਕਿ ਅਸੀਂ ਦੇਖਦੇ ਹਾਂ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਜਾਂ ਅੱਜ ਦੇ ਜਿਹੜੇ ਨੌਜਵਾਨ ਨੇ ਸਿੱਖੀ ਦੇ ਨਾਲੋਂ ਦੂਰ ਹੋ ਰਹੇ ਨੇ, ਤਾਂ ਇਹਦੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਗਿਆਨ ਮਿਲੇਗਾ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਇੰਨੇ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਲੰਘ ਕੇ ਇਹ ਗੁਰੂ ਘਰ ਬਣਾਇਆ ਅਤੇ ਅੱਜ ਤੱਕ ਉਹ ਚੱਲ ਰਿਹਾ ਅਤੇ ਇਸ ਨੂੰ ਇੱਕ ਮਿਊਜ਼ੀਅਮ ਦਾ ਦਰਜਾ ਦਿੱਤਾ ਗਿਆ, ਹੈਰੀਟੇਜ ਤੇ ਜਿਹੜਾ ਤੁਸੀਂ ਮਨਾ ਰਹੇ ਹੋ, ਤੁਸੀਂ ਦਿਵਸ ਮਨਾ ਰਹੇ ਹੋ 28, 29 ਤੇ 30 ਨੂੰ, ਇਹਦੇ ਵਿੱਚ ਕੋਈ ਵਿਸ਼ੇਸ਼ ਪ੍ਰੋਗਰਾਮ ਹੋਣ ਜਾ ਰਿਹਾ ਜਾਂ ਕਿਸ ਤਰ੍ਹਾਂ ਇਸ ਨੂੰ ਮਨਾਉਣ ਦੀ ਹੈਗੀ ਹੈ ਖਾਲਸਾ ਦੀਵਾਨ ਸੋਸਾਇਟੀ ਵੱਲੋਂ? ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਜਿਹੜੀ ਆ ਸਿੱਖ ਧਰਮ ਦੀ ਉਹ ਇਹ ਕਿ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ, ਅਤੇ ਉਹਦੇ ਸ਼ੁਕਰਾਨੇ ਦੇ ਲਈ ਅਸੀਂ ਪਹਿਲਾਂ ਸਭ ਤੋਂ ਗੁਰਬਾਣੀ ਦਾ ਪ੍ਰਵਾਹ ਚਲਾਉਣਾ ਚਾਹੁੰਦੇ ਹਾਂ, ਸ੍ਰੀ ਅਖੰਡ ਸਾਹਿਬ ਜਿਹੜੇ ਉਹਨਾਂ ਨੂੰ ਆਰੰਭ ਕੀਤਾ ਜਾਏ। ਅੱਛਾ, 28 ਤਰੀਕ ਨੂੰ ਹੋਏਗਾ? 28 ਤਰੀਕ ਨੂੰ ਉਹ ਆਰੰਭ ਹੋਣਗੇ ਸਵੇਰੇ 10 ਵਜੇ। ਠੀਕ ਹੈ। ਤਾਂ ਆਰੰਭ ਕਰਕੇ ਉਹਦੇ ਵਿੱਚ ਅਸੀਂ ਜਿੱਥੇ ਆਪ ਗੁਰਬਾਣੀ ਨੂੰ ਪੜ੍ਹਾਂਗੇ ਉੱਥੇ ਸੰਗਤੀ ਰੂਪ ਦੇ ਵਿੱਚ ਜਿਹੜੀਆਂ ਸੰਗਤਾਂ ਪਾਠ ਕਰ ਸਕਦੀਆਂ ਨੇ, ਅੱਛਾ, ਅਸੀਂ ਉਹਨਾਂ ਦੀ ਵੀ ਨਾਲ ਉਹਦੇ ਵਿੱਚ ਯੋਗਦਾਨ ਜ਼ਰੂਰ ਪਾਵਾਂਗੇ ਕਿ ਹਾਂ ਵੀ ਵੱਧ ਤੋਂ ਵੱਧ ਜਿਹੜੀ ਸੰਗਤ ਆ ਕੇ ਉਹ ਗੁਰਬਾਣੀ ਪੜ੍ਹੇ ਅਤੇ ਗੁਰਬਾਣੀ ਨੂੰ ਸੁਣੇ। ਠੀਕ ਹੈ। 3 ਦਿਨ ਗੁਰਬਾਣੀ ਦਾ ਜਿਹੜਾ ਪ੍ਰਵਾਹ ਚਲਾਇਆ ਜਾਏਗਾ ਅਤੇ ਜਿਸ ਦਿਨ 30 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਵੇਗੀ, ਸਮਾਪਤੀ ਹੋਵੇਗੀ, ਤਾਂ ਉਸ ਦਿਨ ਅਸੀਂ ਸਮਰਪਿਤ ਕੀਤਾ ਹੈ ਨਾਲ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਨੂੰ। ਅੱਛਾ। ਕਿਉਂਕਿ ਸਤੰਬਰ ਦੇ ਵਿੱਚ ਜਿਹੜਾ ਆ ਰਿਹਾ ਗੁਰੂ ਸਾਹਿਬ ਜੀ ਦਾ ਸੰਪੂਰਨਤਾ ਦਿਵਸ, ਉਹਨੂੰ ਸਮਰਪਿਤ ਕੀਤਾ, ਔਰ ਇਹਦੇ ਵਿੱਚ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਪ੍ਰਬੰਧ ਕੀਤਾ ਕਿ ਵੱਧ ਤੋਂ ਵੱਧ ਜਿਹੜਾ ਆ ਸਿੱਖ ਇਤਿਹਾਸ, ਉਹਨਾਂ ਬਜ਼ੁਰਗਾਂ ਦੀਆਂ ਉਹ ਕਥਾ ਕਹਾਣੀਆਂ ਔਰ ਗੁਰਬਾਣੀ ਦੇ ਜਿਹੜੇ ਸਿਧਾਂਤ ਨੇ ਉਹ ਸੰਗਤਾਂ ਤੱਕ ਪਹੁੰਚਾਏ ਜਾਣ, ਜਿਹੜੀ ਸੰਗਤ ਜਿਹੜੇ ਨੌਜਵਾਨ ਸਾਡੇ ਕੋਲ ਆਉਣ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਅਸੀਂ ਗੁਰਬਾਣੀ ਦਾ ਜਿਹੜਾ ਆ ਆਸ਼ਾ ਜਿਹੜਾ ਉਦੇਸ਼ ਜਿਹੜਾ ਹੈ ਉਹ ਉਹਨਾਂ ਲੋਕਾਂ ਨੂੰ ਦੱਸੀਏ ਕਿ ਗੁਰਬਾਣੀ ਦਾ ਜਿਹੜਾ ਆ ਉਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਅੱਜ ਤੋਂ 104 ਸਾਲ ਪਹਿਲਾਂ ਬਜ਼ੁਰਗਾਂ ਨੇ ਆਪਣੇ ਜੀਵਨ ਦੇ ਵਿੱਚ ਕਮਾ ਕੇ ਆਹ ਪ੍ਰਾਪਤੀ ਕੀਤੀ ਹੈ, ਜਿੱਥੇ ਅੱਜ ਅਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਧਾ ਕਰਦੇ ਹਾਂ, ਉਹਨੂੰ ਨਮਸਕਾਰ ਕਰਦੇ ਹਾਂ, ਤਾਂ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਜੀਵਤ ਹੈ। ਹੋਰ ਪਤਾ ਨਹੀਂ ਕਿੰਨੇ ਇਨਸਾਨ ਇੱਥੇ ਆਏ ਹੋਣਗੇ, ਕਿੰਨੇ ਚਲੇ ਜਾਣਗੇ, ਪਰ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਪਿਕਚਰਾਂ ਵਗੈਰਾ, ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਉਹਨਾਂ ਨੂੰ ਸਾਂਭ ਕੇ ਰੱਖਿਆ ਗਿਆ। ਠੀਕ ਹੈ। ਤੇ ਉਹਨਾਂ ਬਜ਼ੁਰਗਾਂ ਦੇ ਲਈ ਇੱਕ ਵੱਡਾ ਪ੍ਰਬੰਧ ਕਰਕੇ ਇੱਕ ਸੋਵੀਨਰ ਵੀ ਛਾਪਿਆ ਗਿਆ ਸੀ, ਉਹਦੇ ਵਿੱਚ ਉਹਨਾਂ ਬਜ਼ੁਰਗਾਂ ਦੀ ਜਿੱਥੇ ਨਾਲ ਤਸਵੀਰਾਂ ਦਿੱਤੀਆਂ ਗਈਆਂ, ਨਾਲ ਉਹਨਾਂ ਦੇ ਪਿੰਡ ਦਾ ਦੱਸਿਆ ਗਿਆ, ਉਹਨਾਂ ਦੀ ਬੈਕਗ੍ਰਾਉਂਡ ਦੱਸੀ ਗਈ, ਉਹ ਪੂਰੀ ਇੱਕ ਹਿਸਟਰੀ ਦੀ ਜਿਹੜੀ ਬੁੱਕ ਆ ਉਸ ਵਕਤ ਦੀ ਉਹ ਅਸੀਂ ਬਣਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਹੈ, ਫ੍ਰੀ ਅਸੀਂ ਵੰਡੀ ਵੀ ਹੈ ਸੰਗਤਾਂ ਵਿੱਚ ਬਹੁਤ ਜ਼ਿਆਦਾ। ਅੱਛਾ। ਤਾਂ ਉਹਦਾ ਸਾਡਾ ਜਿਹੜਾ ਉਦੇਸ਼ ਇਹ ਆ ਕਿ ਸਾਡੇ ਜਿਹੜੇ ਗੁਰਬਾਣੀ ਦੇ ਸਿਧਾਂਤ ਜਿਹਨਾਂ ਬਜ਼ੁਰਗਾਂ ਨੇ ਕਮਾਇਆ ਉਹਨਾਂ ਦੱਸੀ ਕਿ ਉਹ ਕਿਵੇਂ ਕਮਾ ਕੇ ਗਏ ਨੇ ਔਰ ਕਿੰਨਾ ਹਾਲਾਤਾਂ ਵਿੱਚ ਕਮਾ ਕੇ ਗਏ ਨੇ। ਅੱਜ ਸਾਡੇ ਕੋਲ ਤਾਂ ਬਹੁਤ ਜਿਹੜੇ ਸੌਖੇ ਸਾਧਨ ਨੇ, ਅਸੀਂ ਘਰ ਵਿੱਚੋਂ ਜਾਣਾ ਹੋਵੇਗਾ ਸਾਡੇ ਕੋਲ ਗੱਡੀ 5 ਮਿੰਟ ਲੱਗ ਜਾਣ ਲੱਗੇ, ਤਾਂ ਉਸ ਵਕਤ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਬਜ਼ੁਰਗਾਂ ਵਾਸਤੇ। ਅਤੇ ਦੂਜੀ ਗੱਲ ਜਿਹੜੀ ਇੱਕ ਮੈਂ ਕਹਿਣੀ ਚਾਹਾਂਗਾ ਕਿ ਜਿਹੜਾ ਉਸ ਵਕਤ ਜਿਹੜਾ ਨਿਸ਼ਾਨ ਸਾਹਿਬ ਲੱਕੜ ਦਾ ਲਾਇਆ ਹੋਇਆ ਸੀ ਉਹ ਅੱਜ ਵੀ ਉਸਨੂੰ ਸਾਂਭ ਕੇ ਰੱਖਿਆ ਹੋਇਆ ਬਕਾਇਦਾ ਤੌਰ ਦੇ ਉੱਤੇ ਜਿਹੜਾ ਉਸ ਸਮੇਂ ਸੀ। ਠੀਕ ਹੈ। ਉਹਦੇ ਉੱਤੇ ਲਾਈਟ ਲਾਈ ਹੋਈ ਸੀ ਅਤੇ ਦੂਰ ਤੋਂ ਜਿਹੜੇ ਲੋਕ ਆਉਂਦੇ ਸੀ ਉਹ ਦੇਖਦੇ ਸੀ ਕਿ ਉਹ ਨਿਸ਼ਾਨ ਸਾਹਿਬ ਦੇ ਉੱਤੇ ਲਾਈਟ ਜਗਦੀ ਹੈ ਅਤੇ ਗੁਰਦੁਆਰਾ ਤਾਂ ਉਹਨਾਂ ਲੋਕਾਂ ਨੂੰ ਮੈਸੇਜ ਦਿੰਦਾ ਸੀ ਇਹ ਗੁਰਦੁਆਰਾ ਆਪਣੇ ਵੱਲ ਆਉਣ ਦਾ, ਅਤੇ ਉਹ ਲੋਕ ਆਉਂਦੇ ਸੀ ਕਿ ਹਾਂ ਵੀ ਮੈਂ ਜਾਂ ਅਮੈਰੀਕਾ ਤੋਂ ਆਇਆ ਜਾਂ ਮੈਂ ਕਿਸੇ ਹੋਰ ਰਾਹਾਂ ਦੇ ਵਿੱਚੋਂ ਦੀ ਇੱਥੇ ਆਇਆ, ਤਾਂ ਇੱਥੇ ਆ ਕੇ ਉਹ ਆਪਣੀਆਂ ਮੁਸ਼ਕਿਲਾਂ ਦੱਸਦਾ ਸੀ, ਫਿਰ ਲੋਕ ਉਹਦੀ ਇੰਨੀ ਜ਼ਿਆਦਾ ਹੈਲਪ ਕਰਦੇ ਸੀ
ਉਹਨੂੰ ਪੈਸੇ ਦੀ ਲੋੜ ਸੀ, ਪੈਸਾ ਦਿੰਦੇ ਸੀ, ਰਹਿਣ ਦੀ, ਕੱਪੜੇ ਦੀ, ਉਹਦੇ ਭੋਜਨ ਦਾ ਪ੍ਰਬੰਧ ਕਰਦੇ ਸੀ, ਉਹਦੇ ਕੰਮ ਦਾ ਪ੍ਰਬੰਧ ਕਰਦੇ ਸੀ। ਇੰਨੇ ਹੈਲਪਫੁੱਲ ਸੀ ਸਾਡੇ ਜਿਹੜੇ ਬਜ਼ੁਰਗ ਨੇ। ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਗੱਲਾਂ ਬਜ਼ੁਰਗਾਂ ਦੀਆਂ ਇਹਨਾਂ ਲੋਕਾਂ ਨੂੰ ਅਸੀਂ ਬੱਚਿਆਂ ਨੂੰ ਦੱਸੀਏ, ਤਾਂ ਬੱਚੇ ਵੀ ਸਾਡੇ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਅੱਗੇ ਵੱਧ ਸਕਣ। ਜ਼ਰੂਰ ਜ਼ਰੂਰ, ਇਹ ਮੈਸੇਜ ਜ਼ਰੂਰ ਪਹੁੰਚਣਾ ਚਾਹੀਦਾ। ਅਤੇ ਭਾਈ ਸਾਹਿਬ ਜੀ, ਗੱਲਬਾਤ ਕਰਾਂਗੇ ਇਹ ਗੁਰੂ ਘਰ ਬਾਰੇ ਥੋੜ੍ਹੀ ਜਿਹੀ, ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਭਾਈ ਸੁਖਦੇਵ ਸਿੰਘ ਜੀ ਦੇ ਨਾਲ ਕਿ ਗੁਰੂ ਘਰ ਦੇ ਵਿੱਚ 104 ਸਾਲਾ ਦਿਵਸ ਮਨਾਇਆ ਜਾ ਰਿਹਾ ਹੈ। ਆਓ ਇਸੇ ਵਿਸ਼ੇ ਦੇ ਉੱਪਰ ਹੋਰ ਜਾਣਕਾਰੀ ਲੈਂਦੇ ਹਾਂ ਭਾਈ ਸਾਹਿਬ ਜੀ ਕੋਲੋਂ। ਭਾਈ ਸਾਹਿਬ, ਤੁਸੀਂ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਬਜ਼ੁਰਗਾਂ ਨੇ ਸਾਡੇ ਜਿਹੜੇ 104 ਸਾਲ ਪਹਿਲਾਂ ਉਹਨਾਂ ਨੇ ਮਿਹਨਤ ਕਰਕੇ ਇੰਨਾ ਇਹ ਗੁਰੂ ਘਰ ਜਿਹੜਾ ਹੈ ਇਹ ਖੜਾ ਕੀਤਾ, ਅਤੇ ਬਹੁਤ ਹੀ ਮਾਣ ਦੀ ਗੱਲ ਹੈ ਸਾਡੇ ਵਾਸਤੇ ਅਤੇ ਸਾਡੇ ਬੱਚਿਆਂ ਵਾਸਤੇ। ਜ਼ਰੂਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਅਤੇ ਤੁਸੀਂ ਇਹ ਦੱਸੋ ਕਿ ਹੋਰ ਕੀ ਕੁਛ ਕਰ ਰਿਹਾ ਹੈ ਇਹ ਗੁਰਦੁਆਰਾ ਤਾਂ ਕਿ ਇਹ ਜਿਹੜੀ ਸਾਡੀ ਹੈਰੀਟੇਜ ਹੈ ਇਸਨੂੰ ਕਾਇਮ ਰੱਖਿਆ ਜਾਵੇ। ਇਹਦੇ ਵਿੱਚ ਅਸੀਂ ਇੱਕ ਹੋਰ ਨਾਲ ਹੈਰੀਟੇਜ ਗੁਰੂ ਘਰ ਵਿਖੇ 23 ਅਗਸਤ ਦੇ ਦਿਨ ਐਤਵਾਰ ਨੂੰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ, ਜਿਹਦਾ ਟਾਈਮ ਹੈ ਦੁਪਹਿਰ 2 ਵਜੇ। ਅੱਛਾ। ਤਾਂ ਉਹਦੇ ਵਿੱਚ ਸਰਦਾਰ ਅਜਮੇਰ ਸਿੰਘ ਜੀ ਵਿਸ਼ੇਸ਼ ਤੌਰ ਦੇ ਉੱਤੇ ਸੈਮੀਨਾਰ ਵਿੱਚ ਆ ਰਹੇ। ਉਹਦੇ ਵਿੱਚ ਵੀ ਅਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਸਾਡੇ ਸਿੱਖਾਂ ਨੇ ਪਹਿਲਾਂ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ, ਜੇ ਆਪਾਂ ਪੂਰੇ ਵਰਲਡ ਵਿੱਚ ਦੇਖੀਏ ਤਾਂ ਕੁਰਬਾਨੀਆਂ ਦੇ ਸੰਬੰਧ ਦੇ ਵਿੱਚ ਸਭ ਤੋਂ ਜ਼ਿਆਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖ ਧਰਮ ਨੇ ਦਿੱਤੀਆਂ। ਬਿਲਕੁਲ ਸਹੀ ਕਿਹਾ। ਸਾਡੇ ਬਹੁਤ ਬਜ਼ੁਰਗਾਂ ਨੇ ਇੱਥੇ ਵੀ ਸ਼ਹੀਦੀਆਂ ਹੋਈਆਂ, ਇੱਥੇ ਵੀ ਜਦੋਂ ਆਪਣੇ ਹੱਕਾਂ ਅਤੇ ਅਧਿਕਾਰਾਂ ਦੀਆਂ ਗੱਲਾਂ ਕੀਤੀਆਂ ਗਈਆਂ, ਇੱਥੇ ਵੀ ਸ਼ਹੀਦੀਆਂ ਦਿੱਤੀਆਂ ਸਿੱਖਾਂ ਨੇ। ਜੇ ਗਦਰੀ ਬਾਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਾ ਕੇ ਉਸ ਵਕਤ ਵੀ ਉਹਨਾਂ ਨੇ ਉੱਥੇ ਇੰਡੀਆ ਵਿੱਚ ਜਾ ਕੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਤਾਂ ਇੰਨੀਆਂ ਕੁਰਬਾਨੀਆਂ ਜਿਹੜੀਆਂ ਸਿੱਖਾਂ ਨੇ ਦਿੱਤੀਆਂ ਜੀ, ਅਤੇ ਉਹਨਾਂ ਕੁਰਬਾਨੀਆਂ ਦਾ ਮੁੱਲ ਜਿਹੜਾ ਆ ਉਹ ਕੀ ਪਾਇਆ ਜਾ ਰਿਹਾ। ਠੀਕ ਹੈ। ਅੱਜ ਜੇ ਆਪਾਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਅਧਿਕਾਰਾਂ ਦੀ ਗੱਲ ਕਰਦੇ ਹਾਂ, ਤਾਂ ਆਪਾਂ ਨੂੰ ਉਹ ਹੱਥ ਅੱਡਣੇ ਪੈਂਦੇ ਉਹਨਾਂ ਲੋਕਾਂ ਅੱਗੇ, ਹਾਲਾਂਕਿ ਸਾਡੀਆਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਬਹੁਤ ਨੇ। ਬਿਲਕੁਲ। ਜਿਹੜੇ ਸਾਡੇ ਸਿੱਖ ਮਸਲੇ ਨੇ, ਜਿਹੜੀਆਂ ਸਾਡੀਆਂ ਸਿੱਖ ਸਮੱਸਿਆਵਾਂ ਨੇ, ਉਹਨਾਂ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ, ਜਾਂ ਜਿਹੜੀਆਂ ਸਾਡੇ ਅੱਗੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ, ਸਾਡੀ ਕਮਿਊਨਿਟੀ ਨੂੰ ਆ ਰਹੀਆਂ, ਸਾਡੇ ਬੱਚਿਆਂ ਨੂੰ ਆ ਰਹੀਆਂ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆ ਰਹੀਆਂ, ਉਹਨਾਂ ਸਮੱਸਿਆਵਾਂ ਦਾ ਹੱਲ ਕੀ ਹੋਣਾ ਚਾਹੀਦਾ ਹੈ। ਅਤੇ ਸਿੱਖ ਧਰਮ ਦਾ ਜਿਹੜਾ ਅਕਸ਼ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਦੁਨੀਆਂ ਦੇ ਵਿੱਚ ਕਿ ਬੜੇ ਲੜਾਕੂ ਹੁੰਦੇ ਨੇ, ਬੜੇ ਲੜਦੇ ਨੇ, ਐਸਾ ਕੁਝ ਹੈ ਨਹੀਂ ਜਿਸ ਤਰ੍ਹਾਂ ਦਾ ਦੁਨੀਆਂ ਵਿੱਚ ਪੇਸ਼ ਕੀਤਾ ਜਾਂਦਾ। ਠੀਕ ਹੈ। ਕਿਹੜੀਆਂ ਤਾਕਤਾਂ, ਕਿਹੜੀਆਂ ਸ਼ਕਤੀਆਂ ਜਿਹੜੀਆਂ ਇਹਨਾਂ ਦੇ ਪਿੱਛੇ ਕੰਮ ਕਰਦੀਆਂ ਨੇ ਜਿਹਦੇ ਨਾਲ ਸਿੱਖ ਦਾ ਜਿਹੜਾ ਹੈ ਅਕਸ਼ ਜਿਹੜਾ ਹੈ ਉਸਨੂੰ ਵਿਗਾੜਿਆ ਜਾ ਰਿਹਾ। ਠੀਕ ਹੈ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ, ਜਿਹੜੀਆਂ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੀਆਂ ਨੇ, ਸਾਡੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੀਆਂ ਨੇ, ਸਾਡੇ ਦੇਸ਼ ਵਿੱਚ ਰੱਖਦੀਆਂ ਨੇ ਔਰ ਵਿਦੇਸ਼ਾਂ ਵਿੱਚ ਰੱਖਦੀਆਂ ਨੇ। ਠੀਕ ਹੈ। ਉਹਨਾਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੋਣਾ ਚਾਹੀਦਾ ਹੈ। ਠੀਕ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕ ਗੁਰਮਤੇ ਕਰਦੇ ਸਨ, ਬੈਠ ਕੇ ਵਿਚਾਰ ਚਰਚਾ ਕਰਦੇ ਸਨ, ਅੱਜ ਆਪਾਂ ਉਹਨਾਂ ਨੂੰ ਕਹਿੰਦੇ ਸੈਮੀਨਾਰ ਕਰਦੇ, ਇੱਕ ਵਿਚਾਰ ਚਰਚਾ ਸਾਡੀ ਕਿ ਅਸੀਂ ਸਾਰੇ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ ਇਕੱਠੇ ਹੋ ਕੇ ਇੱਕ ਥਾਂ 'ਤੇ ਬੈਠਣਾ ਚਾਹੁੰਦੇ ਹਾਂ ਔਰ ਬੈਠ ਕੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਾਡੇ ਨਾਲ ਵਾਪਰ ਰਹੀਆਂ ਨੇ, ਕਿਹੜੀਆਂ ਮੁਸ਼ਕਲਾਂ ਸਾਡੇ ਅੱਗੇ ਆਈਆਂ ਨੇ, ਉਹਨਾਂ ਦੇ ਹੱਲ ਸਾਡੇ ਕੋਲੋਂ ਕਿਉਂ ਨਹੀਂ ਹੋ ਰਹੇ। ਠੀਕ ਹੈ। ਕਿਤੇ ਅਸੀਂ ਆਪੋ ਵਿੱਚ ਦੀ ਵਿਖਰੇ ਤਾਂ ਨਹੀਂ, ਟੁੱਟੇ ਤਾਂ ਨਹੀਂ ਹੋਏ। ਠੀਕ ਹੈ। ਜੇ ਅਸੀਂ ਆਪਣੇ ਤੌਰ ਦੇ ਉੱਤੇ ਸਾਡੇ ਵਿੱਚ ਏਕਤਾ ਨਹੀਂ ਹੈ, ਭਰਾਤਰੀ ਭਾਵ ਨਹੀਂ ਹੈ, ਤੇ ਅਸੀਂ ਆਪਣੇ ਮਸਲਿਆਂ ਨੂੰ ਕਿਵੇਂ ਹੱਲ ਕਰਾਂਗੇ। ਅਸੀਂ ਇੱਕ ਭਰਾਵਾਂ ਦੇ ਰੂਪ ਦੇ ਵਿੱਚ, ਇੱਕ ਪਰਿਵਾਰ ਦੇ ਰੂਪ ਦੇ ਵਿੱਚ ਬੈਠਣਾ ਚਾਹੁੰਦੇ ਹਾਂ ਔਰ ਬੈਠ ਕੇ ਉਹਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਡਿਸਕਸ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਦੇ ਸੁਝਾਅ ਸੰਗਤ ਕੋਲੋਂ ਵੀ ਲੈਣਾ ਚਾਹਾਂਗੇ ਕਿ ਸੰਗਤ ਕੀ ਚਾਹੁੰਦੀ ਹੈ, ਕੀ ਹੋਣਾ ਚਾਹੀਦਾ। ਇਸ ਕਰਕੇ ਜਿਹੜਾ ਸੈਮੀਨਾਰ ਜਿਹੜਾ ਹੈ ਇਹ ਵੀ ਇੱਕ ਬੜੀ ਮਹੱਤਤਾ ਰੱਖਦਾ ਔਰ ਵਿਸ਼ੇਸ਼ ਤੌਰ ਦੇ ਉੱਤੇ ਹੈਰੀਟੇਜ ਗੁਰੂ ਘਰ ਵਿਖੇ ਅਸੀਂ ਕਰਵਾ ਰਹੇ ਹਾਂ। ਠੀਕ ਹੈ। ਇਹ 23 ਅਗਸਤ ਨੂੰ ਹੋਣ ਜਾ ਰਿਹਾ ਹੈ। 23 ਅਗਸਤ ਨੂੰ ਹੋਣ। ਠੀਕ ਹੈ। ਸੋ ਭਾਈ ਸਾਹਿਬ ਜੀ, ਤੁਸੀਂ ਗੱਲ ਕੀਤੀ ਕਿ ਜਿਹੜੀ ਯੰਗਸਟਰ ਹੈਗੀ ਹੈ, ਇਹਨੂੰ ਆਪਾਂ ਅੱਜ ਦੇ ਮਾਹੌਲ ਨਾਲ ਕਿਵੇਂ ਜੋੜ ਸਕਦੇ ਹਾਂ, ਕਿਉਂਕਿ ਇਹ ਬਹੁਤ ਜ਼ਿਆਦਾ ਟੁੱਟਦੀ ਜਾ ਰਹੀ ਹੈ। ਸੋ ਕਿਸ ਤਰ੍ਹਾਂ ਇਹਨਾਂ ਦੇ ਅੰਦਰ ਉਹ ਜਿਹੜੀ ਭਾਵਨਾ ਹੈ ਜਿਹੜੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਰੱਖੀ ਸੀ ਆਪਣੇ ਮਨ ਦੇ ਅੰਦਰ, ਉਹ ਭਾਵਨਾ ਇਹਨਾਂ ਦੇ ਅੰਦਰ ਕਿਵੇਂ ਲੈ ਕੇ ਆ ਸਕਦੇ ਹਾਂ? ਮੈਨੂੰ ਇਸ ਵਾਰੀ ਇੱਕ ਛੋਟੀ ਜਿਹੀ ਮੈਂ ਤੈਨੂੰ ਗੱਲ ਸਾਂਝੀ ਕਰਦਾ ਤੇਰੇ ਨਾਲ। ਕੁਝ ਦਿਨ ਪਹਿਲਾਂ ਇੱਕ ਸਾਡੇ ਕੋਈ ਬਜ਼ੁਰਗ ਉੱਥੇ ਆਉਂਦੇ ਨੇ, ਤਾਂ ਉਹ ਗੁਰੂ ਘਰ ਦੇ ਵਿੱਚ ਬੜੇ ਪੜ੍ਹੇ ਲਿਖੇ ਨੇ, ਪ੍ਰਿੰਸੀਪਲ ਦੀ ਜੋਬ ਕਰਕੇ ਆਏ ਨੇ, ਅਤੇ ਉਹ ਗੁਰੂ ਘਰ ਵਿੱਚ ਬਹੁਤ ਸ਼ਰਧਾ ਦੇ ਨਾਲ ਸੇਵਾ ਕਰਦੇ, ਅਤੇ ਉਹਨਾਂ ਦਾ ਮੇਰਾ ਖਿਆਲ
ਛੋਟਾ ਜਿਹਾ ਸਵੇਰੇ ਅੰਮ੍ਰਿਤ ਵੇਲੇ 5 ਵਜੇ ਅੱਛਾ ਤੇ ਆ ਕੇ ਬੜੇ ਹੀ ਮਤਲਬ ਤਹੱਮਲ ਦੇ ਨਾਲ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਨਾਲ ਪ੍ਰਕਾਸ਼ ਕਰਾਇਆ ਹੁਕਮਨਾਮਾ ਸੁਣਿਆ ਤਾਂ ਜਦੋਂ ਹੁਕਮਨਾਮੇ ਲੈਣ ਤੋਂ ਬਾਅਦ ਮੈਂ ਦੇਖਿਆ ਤੇ ਆਪਣੇ ਦਾਦਾ ਜੀ ਦੇ ਲਾਗੇ ਐ ਬੜੇ ਆਰਾਮ ਦੇ ਨਾਲ ਸ਼ਾਂਤ ਸੁਭਾਅ ਦੇ ਨਾਲ ਬੈਠਾ ਸੀ ਅੱਛਾ ਹੱਥ ਜੋੜੇ ਹੋਏ ਸੀ ਤਾਂ ਮੇਰੇ ਮਨ ਦੇ ਵਿੱਚ ਉਹ ਵਿਚਾਰ ਆਈ ਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਜਦੋਂ ਆਪਣੇ ਪੋਤਰਿਆਂ ਨੂੰ ਪੋਤਰੀਆਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਸੀ ਤੇ ਸੁੱਤੇ ਸਿੱਧ ਉਹਨਾਂ ਵਿੱਚੋਂ ਸਿੱਖੀ ਦੇ ਗੁਣ ਜਿਹੜੇ ਸੀ ਉਹ ਸਮਾ ਜਾਂਦੇ ਸੀ ਉਹਨਾਂ ਨੂੰ ਕਹਿਣਾ ਨਹੀਂ ਸੀ ਪੈਂਦਾ ਤੂੰ ਆਹ ਕਰ ਉਹ ਦੇਖ ਕੇ ਕਰਦੇ ਸੀ ਆਪਣੇ ਆਪ ਆਉਂਦੇ ਸਨ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜਿਵੇਂ ਹੈਰੀਟੇਜ ਗੁਰੂ ਘਰ ਦੇ ਵਿੱਚ ਅਸੀਂ ਮਿਊਜ਼ੀਅਮ ਬਣਾਇਆ ਹੋਇਆ ਹੈ ਉੱਥੇ ਤਸਵੀਰਾਂ ਸਿੱਖਾਂ ਦੀਆਂ ਲਾਈਆਂ ਜਾਂਦੀਆਂ ਜਿਹੜੀ ਵਰਲਡ ਵਾਰ ਹੋਈ ਹੈ ਉਹਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਕਿਵੇਂ ਕੀਤੀਆਂ ਗਈਆਂ ਕਿਵੇਂ ਕਿਵੇਂ ਸਿੱਖ ਜਿਹੜੇ ਨੇ ਉਹਨਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਥਾਂ ਬਣਾਈ ਉਹ ਸਾਰਾ ਕੁਝ ਅਸੀਂ ਤਸਵੀਰਾਂ ਦੇ ਰਾਹੀਂ ਚਿੱਤਰਾਂ ਦੇ ਰਾਹੀਂ ਵੀ ਬੱਚਿਆਂ ਤੱਕ ਅਸੀਂ ਪਹੁੰਚਾਉਣ ਦਾ ਯਤਨ ਕਰਦੇ ਹਾਂ ਫਿਰ ਉਹਦੇ ਤੋਂ ਇਲਾਵਾ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ ਬਹੁਤ ਜ਼ਰੂਰੀ ਹੈ ਉਹਦੀਆਂ ਕਲਾਸਾਂ ਵੀ ਗੁਰੂ ਘਰ ਦੇ ਵਿੱਚ ਸ਼ਨੀਵਾਰ ਐਤਵਾਰ ਵਿਸ਼ੇਸ਼ ਤੌਰ ਦੇ ਉੱਤੇ ਲਾਈਆਂ ਜਾਂਦੀਆਂ ਅਤੇ ਉਹਦੇ ਵਿੱਚ ਬੱਚਿਆਂ ਨੂੰ ਜਿੱਥੇ ਗੁਰਸਿੱਖੀ ਦੀ ਗੱਲ ਸਮਝਾਈ ਜਾਂਦੀ ਆ ਉੱਥੇ ਆਪਣੀ ਮਾਤ ਭਾਸ਼ਾ ਦੀ ਗੱਲ ਸਮਝਾਈ ਜਾਂਦੀ ਆ ਅਤੇ ਉਹਦੇ ਤੋਂ ਇਲਾਵਾ ਅਸੀਂ ਸਾਲ ਦੇ ਵਿੱਚ ਇੱਕ ਕੈਂਪ ਵੀ ਆਯੋਜਿਤ ਕਰਦੇ ਹਾਂ ਜਿਹੜਾ ਪਿੱਛੇ ਅਸੀਂ ਜੁਲਾਈ ਮਹੀਨੇ ਦੇ ਵਿੱਚ ਕੀਤਾ 3 ਦਿਨ ਦਾ ਕੈਂਪ ਹੁੰਦਾ ਉਹਦੇ ਵਿੱਚ ਸਾਰੇ ਬੱਚੇ ਆਉਂਦੇ ਨੇ ਉਹਨਾਂ ਬੱਚਿਆਂ ਨੂੰ ਹੁਣ ਸਭ ਕੁਝ ਗੁਰਦੁਆਰੇ ਦੇ ਵਿੱਚ ਜਿੱਥੇ ਖਾਣ ਪੀਣ ਦਾ ਉਹਨਾਂ ਦਾ ਚੰਗਾ ਪ੍ਰਬੰਧ ਕੀਤਾ ਜਾਂਦਾ ਉੱਥੇ ਇਤਿਹਾਸ ਦੀ ਗੱਲ ਕੀਰਤਨ ਦੀ ਗੱਲ ਗੁਰਬਾਣੀ ਦੀ ਗੱਲ ਉਹ ਸਾਰਾ ਕੁਝ ਉਹਨਾਂ ਬੱਚਿਆਂ ਨੂੰ ਅਸੀਂ ਉੱਥੇ ਗੁਰਦੁਆਰਾ ਸਾਹਿਬ ਵਿੱਚ ਲਿਆ ਕੇ ਅਤੇ ਉਹ ਸਮਝਾਉਂਦੇ ਹਾਂ ਸਾਡੀ ਮਤਲਬ ਕੋਸ਼ਿਸ਼ ਇਹ ਹੈ ਖਾਲਸਾ ਦਵਾਨ ਸੋਸਾਇਟੀ ਅਬਸਬੋਰਡ ਦੀ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਬੱਚੇ ਅਤੇ ਨੌਜਵਾਨ ਨੇ ਉਹ ਵੱਧ ਤੋਂ ਵੱਧ ਸਿੱਖੀ ਦੇ ਨਾਲ ਜੁੜਨ ਸੋ ਕਾਫੀ ਯਤਨ ਕੀਤੇ ਜਾ ਰਹੇ ਨੇ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਮਿਊਜ਼ੀਅਮ ਬਣਾਇਆ ਗਿਆ ਹੈ ਕਲਾਸਾਂ ਲਾਈਆਂ ਗਈਆਂ ਨੇ ਹੋਰ ਵੀ ਕੁਝ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜਿਹੜਾ ਮੁੱਖ ਕੰਮ ਹੁੰਦਾ ਗੁਰੂ ਘਰਾਂ ਦਾ ਕਿਉਂਕਿ ਇਹ ਹੁੰਦੇ ਨੇ ਗਿਆਨ ਦੇ ਸਰੋਤ ਤੇ ਗੁਰੂ ਘਰ ਦੇ ਵਿੱਚੋਂ ਜਿਹੜਾ ਮੈਸੇਜ ਜਾਣਾ ਸੰਗਤਾਂ ਦੇ ਵਿੱਚ ਉਹ ਬਹੁਤ ਪੋਜ਼ਿਟਿਵ ਹੋਣਾ ਚਾਹੀਦਾ ਹੈ ਔਰ ਪੂਰਾ ਗੁਰਮਤ ਮਰਯਾਦਾ ਦੇ ਅਕੋਰਡਿੰਗ ਜਾਣਾ ਚਾਹੀਦਾ ਬਿਲਕੁਲ ਉਹਦੇ ਲਈ ਖਾਲਸਾ ਦਵਾਨ ਸੋਸਾਇਟੀ ਨੇ ਇੱਕ ਬੜਾ ਵਿਸ਼ੇਸ਼ ਉਦਮ ਕੀਤਾ ਕਿ ਜਿਹੜੇ ਆਪਣੇ ਪ੍ਰਚਾਰਕ ਨੇ ਚਾਹੇ ਉਹ ਢਾਡੀ ਆਉਂਦੇ ਨੇ ਚਾਹੇ ਉਹ ਰਾਗੀ ਸਿੰਘ ਆਉਂਦੇ ਨੇ ਚਾਹੇ ਉਹ ਕਥਾਵਾਚਕ ਆਉਂਦੇ ਨੇ ਤਾਂ ਵੱਧ ਤੋਂ ਵੱਧ ਜਿਹੜੇ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ ਠੀਕ ਹੈ ਕਿਉਂਕਿ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਜਿਹੜਾ ਜਿਵੇਂ ਆਪਾਂ ਦੇਖਦੇ ਹਾਂ ਕਈ ਵਾਰਾਂ 'ਤੇ ਆਪਾਂ ਉਹੀ ਪੁਰਾਣੀਆਂ ਸਾਖੀਆਂ ਜਿਹੜੀਆਂ ਉਹਨਾਂ ਨੂੰ ਪੇਸ਼ਕਾਰੀ ਕਰਨ ਵਾਸਤੇ ਲੋਕ ਕਈ ਮੰਨਦੇ ਨਹੀਂ ਹੋ ਹੀ ਨਹੀਂ ਸਕਦਾ ਹੋ ਨਹੀਂ ਸਕਦਾ ਠੀਕ ਹੈ ਵੀ ਉਹ ਜਿਹੜੀਆਂ ਕਥਾ ਕਹਾਣੀਆਂ ਜਿਹੜੀਆਂ ਜਿਸ ਤਰ੍ਹਾਂ ਦੀਆਂ ਉਹ ਪੁਰਾਣੇ ਸਮੇਂ ਵਿੱਚ ਲਿਖੀਆਂ ਗਈਆਂ ਸੂਬ ਉਹ ਕਈ ਵਾਰ ਉਹਨਾਂ ਨੂੰ ਪੇਸ਼ ਕਰ ਦਿੱਤਾ ਜਾਂਦਾ ਅਤੇ ਲੋਕ ਕਹਿੰਦੇ ਵੀ ਇਹ ਗੱਲ ਹੋ ਨਹੀਂ ਸਕਦੀ ਕਿ ਕਿਉਂਕਿ ਅੱਜ ਤੱਥਾਂ ਤੇ ਆਧਾਰਿਤ ਹੋਣੀਆਂ ਚਾਹੀਦੀਆਂ ਤਾਂ ਉਹਦੇ ਲਈ ਬੜੀ ਜ਼ਰੂਰੀ ਸੀ ਕਿ ਗੁਰਬਾਣੀ ਦੀ ਜਿਹੜੀ ਡੀਪ ਸਟੱਡੀ ਹੋਣੀ ਚਾਹੀਦੀ ਉਹਦੇ ਲਈ ਪੜ੍ਹੇ ਲਿਖੇ ਜਿਹੜੇ ਪ੍ਰਚਾਰਕ ਨੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਪੜ੍ਹੇ ਲਿਖੇ ਜਿਹੜੇ ਢਾਡੀ ਨੇ ਉਹਨਾਂ ਨੂੰ ਅਸੀਂ ਖਾਲਸਾ ਦੀਵਾਨ ਸੋਸਾਇਟੀ ਵਿੱਚ ਸਮੇਂ ਸਮੇਂ ਦੇ ਉੱਤੇ ਬੁਲਾਉਂਦੇ ਰਹਿੰਦੇ ਹਾਂ ਔਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਦੀਵਾਨ ਨੇ ਐਤਵਾਰ ਦੇ ਜਾਂ ਸ਼ਨੀਵਾਰ ਦੇ ਉਹਨਾਂ ਦੇ ਵਿੱਚ ਅਸੀਂ ਸੰਗਤ ਜਿਹੜੀ ਹੈ ਸਾਡੇ ਗੁਰਦੁਆਰਾ ਸਾਹਿਬ ਵਿੱਚ ਕਾਫੀ ਇਕੱਠੀ ਹੁੰਦੀ ਹੈ ਫਿਰ ਉਸ ਵਕਤ ਅਸੀਂ ਉਹਨਾਂ ਪ੍ਰਚਾਰਕਾਂ ਨੂੰ ਸਮਾਂ ਦਿੰਦੇ ਹਾਂ ਕਿ ਤਾਂ ਜੋ ਆਪਣੇ ਸੁਨਹਿਰੀ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੀਆਂ ਸੰਗਤਾਂ ਤੱਕ ਸਾਡੇ ਨੌਜਵਾਨਾਂ ਤੱਕ ਪਹੁੰਚਾਉਣ ਤਾਂ ਜੋ ਜਿਹੜੇ ਬੱਚੇ ਨੇ ਆਪਣੇ ਵਿਰਸੇ ਦੇ ਨਾਲ ਅਤੇ ਆਪਣੇ ਜਿਹੜੇ ਇਹ ਸਿੱਖ ਧਰਮ ਦੇ ਨਾਲ ਉਹ ਜੁੜ ਕੇ ਅਤੇ ਅਸੀਂ ਮਾਣ ਕਰ ਸਕੀਏ ਉਹਨਾਂ ਦੇ ਉੱਤੇ ਕਿ ਉਹ ਸਾਡੇ ਬੱਚੇ ਨੇ ਅਤੇ ਉਹ ਹਰ ਖੇਤਰ ਵਿੱਚ ਜਿੱਥੇ ਕਾਮਯਾਬ ਨੇ ਉੱਥੇ ਆਪਣੇ ਮੂਲ ਦੇ ਨਾਲ ਉਹ ਜੁੜੇ ਹੋਏ ਜੁੜੇ ਰਹਿਣ ਬਹੁਤ ਵਧੀਆ ਯਤਨ ਕੀਤਾ ਜਾ ਰਿਹਾ ਪਰ ਜਿਵੇਂ ਤੁਸੀਂ ਕਿਹਾ ਕਿ ਇਹ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਬਹੁਤ ਵਧੀਆ ਕੰਮ ਹੈਗਾ ਪਰ ਆਖਿਰ ਦੇ ਵਿੱਚ ਤੁਸੀਂ ਸਾਡੀ ਜਿਹੜੀ ਆਮ ਜਨਤਾ ਜਿਹੜਾ ਇਹ ਪ੍ਰੋਗਰਾਮ ਦੇਖ ਰਹੀ ਹੈ ਜਾਂ ਹੋਰ ਦਰਸ਼ਕ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਇਹਦੇ ਨਾਲ ਜੁੜੇ ਰਹਿਣ ਅਤੇ ਕੀ ਉਹਨਾਂ ਨੂੰ ਯਤਨ ਉਹਨਾਂ ਨੂੰ ਕਰਨੇ ਪੈਣਗੇ ਤਾਂ ਕਿ ਜਿਹੜੇ ਉਹਨਾਂ ਦੇ ਅੱਗੇ ਬੱਚੇ ਨੇ ਉਹ ਆਪਣੀ ਸਿੱਖੀ ਦੇ ਨਾਲ ਜੁੜੇ ਰਹਿਣ ਸੋਰੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਬਹੁਤ ਵੱਡੀ ਜ਼ਰੂਰਤ ਹੈ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਪਿਆਰ ਮੁਹੱਬਤ ਦੀ ਜੀ ਇੱਕ ਪਰਿਵਾਰਕ ਇਕਾਈ ਜਿਹੜੀ ਹੈ ਜਿੱਥੇ ਅਸੀਂ ਸਾਰੇ ਭੈਣ ਭਰਾ ਆਪਣੇ ਧੀਆਂ ਪੁੱਤਰਾਂ ਵਿੱਚ ਇੱਕ ਥਾਂ ਦੇ ਉੱਤੇ ਬੈਠ ਕੇ ਆਪਣੇ ਜੀਵਨ ਨੂੰ ਕੱਟ ਸਕੀਏ ਉਹਦੇ ਲਈ ਬੜੀ ਜ਼ਰੂਰੀ ਹੈ ਕਿ ਅਸੀਂ ਆਪਣੇ ਗੁਰੂ ਕੋਲ ਜਾਈਏ ਠੀਕ ਹੈ ਆਪਣੇ ਗੁਰੂ ਦੇ ਕੋਲ ਥੋੜ੍ਹਾ ਸਮਾਂ ਜਿਹੜਾ ਆਪਣੇ ਕੋਲ ਸ਼ਾਮ ਨੂੰ ਹੁੰਦਾ ਆ ਜਾਂ ਸਵੇਰੇ ਹੁੰਦਾ ਉਹ ਸਮਾਂ ਜਿਹੜਾ ਆ ਉਹ ਪੇ ਕਰਨਾ ਪਏਗਾ ਆਪਾਂ ਨੂੰ ਸਮਾਂ ਜਿਹੜਾ ਉਹ ਗੁਰੂ ਘਰ ਦੇ ਵਿੱਚ ਆ ਕੇ ਬਤੀਤ ਕਰੋ ਔਰ ਜਿਹੜੇ ਤੁਹਾਡੇ ਸਵਾਲ ਨੇ ਜਿਹੜੇ ਤੁਹਾਡੇ ਕੁਐਸਚਨ ਨੇ ਉਹ ਆ ਕੇ ਤੁਸੀਂ ਸਾਂਝੇ ਕਰੋ ਗੁਰਬਾਣੀ ਨੂੰ ਆਪ ਪੜ੍ਹੋ ਔਰ ਜਦੋਂ ਇੱਕ ਵਿਅਕਤੀ ਘਰ ਵਿੱਚੋਂ ਗੁਰੂ ਦੇ ਕੋਲ ਜਾਂਦਾ ਗੁਰਬਾਣੀ ਪੜ੍ਹ ਕੇ ਸੁਣ ਕੇ ਆਉਂਦਾ ਤੇ ਉਹਦੇ ਨਾਲ ਪ੍ਰਭਾਵ ਸੰਗਤ ਦਾ ਉਹਦੇ ਘਰ ਤੱਕ ਪਹੁੰਚਦਾ ਬਿਲਕੁਲ ਤੇ ਜਦੋਂ ਘਰ ਵਿੱਚ ਉਹ ਪ੍ਰਭਾਵ ਪਹੁੰਚੇਗਾ ਤੇ ਨੈਚੁਰਲੀ ਸਾਡੇ ਘਰ ਦਾ ਜਿਹੜਾ ਵੈਦਰ ਹੈ ਸਾਡੇ ਘਰ ਦਾ ਜਿਹੜਾ ਵਾਤਾਵਰਣ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਉਹਦੇ ਵਿੱਚ ਚੇਂਜ ਜਿਹੜੀ ਆ ਉਹ ਵਾਸ਼ ਆਏਗੀ ਔਰ ਵੱਧ ਤੋਂ ਵੱਧ ਸਾਨੂੰ ਮੈਂ ਚਾਹਾਂਗਾ ਕਿ ਜਿਵੇਂ ਸਾਡੇ 100
4 ਸਾਲ ਅਸੀਂ ਹੈਰੀਟੇਜ ਦਾ ਮਨਾ ਰਹੇ ਹਾਂ, ਇਹਦੇ ਵਿੱਚ ਸੰਗਤਾਂ ਵੱਧ ਤੋਂ ਵੱਧ ਆਉਣ, ਸੈਮੀਨਾਰ ਹੋ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਆਉਣ ਅਤੇ ਆ ਕੇ ਜਿਹੜੇ ਵਿਚਾਰ ਨੇ ਆਪਣੇ ਉਹ ਸੰਗਤੀ ਰੂਪ ਦੇ ਵਿੱਚ ਇਕੱਠੇ ਕਰਨ, ਕੁਝ ਦੇਣ ਵਿਚਾਰ ਤਾਂ ਕੁਝ ਉਹਨਾਂ ਦੇ ਕੋਲੋਂ ਆਪਾਂ ਪ੍ਰਾਪਤ ਵੀ ਕਰੀਏ। ਬਿਲਕੁਲ ਨਹੀਂ, ਅਸੀਂ ਵੀ ਕਹਾਂਗੇ ਸਾਡੀ ਸਾਰੀ ਦਰਸ਼ਕਾਂ ਨੂੰ ਅਤੇ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਹੋ ਸਕੇ, ਜਿੰਨੇ ਹੋ ਸਕਣ ਜ਼ਰੂਰ ਸ਼ਾਮਿਲ ਹੋਣ ਇਸ ਦਿਵਸ ਦੇ ਵਿੱਚ 28, 29, 30 ਨੂੰ ਜਿਹੜਾ ਹੋਣ ਜਾ ਰਿਹਾ ਅਤੇ ਜਿਹੜਾ ਸੈਮੀਨਾਰ ਹੋਣ ਜਾ ਰਿਹਾ 23 ਨੂੰ, ਉਹਦੇ ਵਿੱਚ ਵੀ ਜ਼ਰੂਰ ਹਿੱਸਾ ਲੈਣ ਤਾਂ ਕਿ ਜਿਹੜੇ ਆਪਣੇ ਵਿਚਾਰ ਨੇ ਉਹ ਸਾਂਝੇ ਕਰਨ ਅਤੇ ਕੋਈ ਹੋਰ ਯੋਗਦਾਨ ਨੇ ਤਾਂ ਉਹ ਵੀ ਜ਼ਰੂਰ ਪਾਉਣ ਉਸ ਦੇ ਅੰਦਰ। ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਆਉਣ ਦਾ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ। ਤੁਸੀਂ ਆਪਣੇ ਫੀਡਬੈਕਸ ਜਾਂ ਜਿਹੜੀ ਕੋਈ ਵੀ ਤੁਹਾਡੀ ਸੁਜੈਸ਼ਨ ਹੈ ਜ਼ਰੂਰ ਸਾਡੇ ਤੱਕ ਪਹੁੰਚਾ ਸਕਦੇ ਹੋ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਕੀਤੀ ਜਾਏ ਤਾਂ ਜ਼ਰੂਰ ਸਾਨੂੰ ਦੱਸੋ। ਸਾਡੀ ਈਮੇਲ ਦਾ ਪਤਾ ਹੈ letstalkjoytv@gmail.com 'ਤੇ। ਅਤੇ ਇੱਥੇ ਲੈਂਦੀ ਹਾਂ ਮੈਂ ਸ਼ਿਵਾਨੀ ਸੋਪਤੀ ਤੁਹਾਡੇ ਤੋਂ ਇਜਾਜ਼ਤ। ਸੀ ਯੂ ਨੈਕਸਟ ਟਾਈਮ।